आकाशवाणी ਖਬਰਾਂ ਪੰਕਜ ਕੋਲੀ ਕੋਲਾ ਬਾਰੇ ਸਰਕਾਰ ਦੀ ਅੰਤਰ ਮੰਤਰੀ ਕਮੇਟੀ ਆੜੇ ਦੀ ਮਾਰੇਟ ਆਏ ਦੇ ਸਿਕਮ ਦਾ ਦੌਰਾ ਲਾਇਏ ਉੱਥੇ ਉਹ ਦੇ ਨੁਕਸਾਨ ਤੇ ਸਹਾਇਤਾ ਉਪਲਬਧ ਕਰਵਾਉਣੇ ਤੇ ਕੰਮੇ ਦਾ ਜਾਇਜ਼ਾ ਲੈ ਜੀਐਸਟੀ ਪਰਿਸ਼ਦ ਨੇ ਆਖਿਆ ਹੈ ਕਿ ਕਰਦਾਤਾ ਪਿਛਲੇ ਮਾਲੀ ਬਰੇ ਲਈ ਜਾਰੀ ਮੰਗ ਆਦੇਸ਼ਾਂ ਦੇ ਸਰਬੰਧਿਤ ਅਪੀਲ 31 ਜਨਵਰੀ 2024 ਤੱਕ ਦਾਖਲ ਕਰ ਸਕਦੇ ਹਨ ਭਾਰਤੀ ਵਾਯੂ ਸੈਨਾ ਆਪਣੀ 91ਵੀਂ ਬਰੇ ਗੰਡ ਪਰ ਆਪਣੇ ਨਵੇਂ ਝੰਡੇ ਦਾ ਅਨਾਵਰਣ ਕਰੋ ਇਜ਼ਰਾਈਲ ਨੇ ਹਮਾਸ ਦੇ ਹਮਲੇ ਦੇ ਪਰਤੇ ਚ ਆਪਰੇਸ਼ਨ ਸਵੋਰਡ ਆਫ ਆਇਰਨ ਸ਼ੁਰੂ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਆਕੇ ਜੇਪਾਰਤ ਵਿਪਤਾ ਦੀ ਇਸ ਕੜੀ ਚ ਇਜ਼ਰਾਈਲ ਕਰਨੇ ਪੂਰੀ ਇਕਜੁਟਤਾ ਕਰਨੇ ਖੜੋਤੇ ਦਾ ਹੈ ਆਈਸੀਸੀ ਵਿਸ਼ਵ ਕਪ 2023 ਚ ਅੱਜ ਭਾਰਤ ਆਪਣਾ ਪਹਿਲਾ ਮੁਕਾਬਲਾ ਆਸਟ੍ਰੇਲੀਆ ਖਿਲਾਫ ਖੇਡੋਗ ਸਿਕਮ ਚ ਚਾਂਚਕ ਆਏ ਦੇ 8 ਇੰਚ ਮੰਨਿਆਲੇ ਦੀ ਗਿਣਤਰੀ ਬੱਧੀਏ ਤ੍ਰਿ ਹੋ ਗਈ ਹੈ ਜਿੰਦੇ ਚ ਭਾਰਤੀ ਫੌਜ ਦੇ ਨੌਜਵਾਨ ਵੀ ਸ਼ਾਮਲ ਹਨ ਰਾਜ ਆਪਦਾ ਪ੍ਰਬੰਧਨ ਪ੍ਰਾਧਿਕਰਨ ਐਸਡੀਐਮਏ ਨੇ ਤਸਦੀਕ ਕੀਤੀ ਹੈ ਕਿ 4 ਅਕਤੂਬਰ ਦੀ ਤੀਸਤਾ ਨਦੀ 'ਚ ਚਾਂਚਕ ਆਏ ਦੇ ਆੜੇ ਪ੍ਰੰਤ ਕਾਸੀ ਜਣੇ ਅਜੇ ਵੀ ਲਾਪਤਾਨ ਅਜੇ ਤੋੜੀ 2563 ਲੋਕਾਂ ਦੀ ਬਚਾਇਆ ਜਾ ਚੁਕੇ ਦਾ ਹੈ ਤੇ ਤਕਰੀਬਨ 7000 ਪੰਜੀ ਲੋਕਾਂ ਤਰੀ ਰਾਤ ਸ਼ਿਵਰਿੰ ਚ ਆਸਰਮਾ ਲਤੇ ਦਾ ਹੈ ਕੁੱਲ 1320 ਕਰੇਗੀ ਇਸ ਦੌਰਾਨ ਮਤਾ ਨੁਕਸਾਨ ਪੁਜਾ ਚਾਂਚਕ ਆਏ ਦੇ ਆੜੇ ਕਾਰਨ ਪੁਲਿੰਗੀ ਵੀ ਨੁਕਸਾਨ ਪੁੱਜੇਦਾ ਹੈ। ਗ੍ਰੀ ਰਾਜ ਮੰਤਰੀ ਅਜੇ ਕੁਮਾਰ ਮੇਸ਼ਰ ਨੇ ਦੱਸਿਆ ਜੇ ਕੇਂਦਰ ਸਰਕਾਰ ਐ ਇੱਕ ਅੰਤਰ ਮੰਤralਯ ਕਮੇਟੀ ਖਰੀੜੀ ਹੈ ਜਿਦੇ ਚ ਪੰਜ ਮੰਤralਯ ਕ੍ਰਿਸ਼ੀ, ਪਰਿਵਹਨ ਤੇ ਜਨਰਲਿਸੇਟ ਕਾ ਜਲ ਸ਼ਕਤੀ, ਊਰਜਾ ਤੇ ਵਿੱਤ ਦੇ ਸੀਨੀਅਰ ਅਫਸਰ ਸ਼ਾਮਲ ਹਨ। ਕਮੇਟੀ ਜ਼ਮੀਨੀਆ ਲਾ ਤਾਜਾਇਜ਼ਾ ਲੈਣੇ, ਨੁਕਸਾਨ ਦਾ ਅੰਦਾਜ਼ਾ ਲਾਣੇ ਤੇ ਹੋਰ ਮਦਦ ਦੇਣੇ ਦੇ ਮਕਸਦ ਕੰਨੇ ਅੱਜ 8 ਅਕਤੂਬਰ ਤਮਾ ਸਿੱਕਮ ਦਾ ਦੌਰਾ ਲਾਗ ਸ਼ੀਮੇ ਸ਼ੌਰਨ ਦੱਸਿਆ ਹੈ ਕਿ ਇਹਨ ਦੇ ਸਰਕਾਰਾਂ ਰਾਜੇ ਕੀ ਤੁਰਤ ਬਚਾਅ ਰਾਤੇਬਾਲੀ ਕਰਨ ਦੇ ਸਮਰਥ ਬਣਾਉਣੇ ਆਸਤੇ 2023-24 ਆਸਤੇ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਲਈ ਤੈ ਬਜਟ ਕੀ ਅਗਰੀ ਮਨਜ਼ੂਰੀ ਦੇ ਦਿੱਤੀ ਹੈ ਉਹਨੇ ਪ੍ਰੋਸਤਵਾਇਆ ਜੇ ਕੇਂਦਰ ਸਰਕਾਰ ਸਿੱਕਮ ਚ ਆਲਾਤ ਕੀ ਤੋਲੇ ਬਿਹਤਰ ਬਣਾਉਣੇ ਲਈ ਕੋਈ ਕਸਰ ਬਾਕੀ ਨਹੀਂ ਰੱਖੋਗ ਜੀਐਸਟੀ ਪਰਿਸ਼ਦ ਦੀ ਬੁੰਜਮੀ ਬੈਠਕ ਕੱਲ 7 ਅਕਤੂਬਰ ਦੀ ਇੱਕ ਮਾਫੀ ਯੋਜਨਾ ਲਈ ਗਈ ਆਈ ਹੈ ਜਿਸ ਵਿੱਚ ਟੈਕਸ ਦੇਣ ਵਾਲਿਆਂ ਦੀ ਮਾਰਚ 2023 ਤੱਕ ਟੈਕਸ ਮਹਿਕਮੇ ਦੇ ਅਫਸਰਾਂ ਆਸਿਆ ਜਾਰੀ ਡਿਮਾਂਡ ਆਰਡਰ ਯਾਨੀ ਮੰਗ ਦੇ ਹੁਕਮ ਖਿਲਾਫ ਅਪੀਲ ਦਾਇਰ ਕਰਨ ਲਈ 31 ਜਨਵਰੀ 2024 ਤੱਕ ਦਾ ਸਮਾਂ ਦਿੱਤਾ ਗਿਆ ਹੈ ਜੀਐਸਟੀ ਦੇ ਕਾਨੂੰਨ ਮੁਤਾਬਕ ਇੱਕ ਜਣਾ ਇੱਕ ਯਾਚਕਾ ਦਾਇਰ ਕਰ ਸਕਦਾ ਹੈ ਇਸ ਗੈਂਗ ਕਰਨੇ ਉਹਨੇ ਟੈਕਸ ਦੇਣ ਵਾਲਿਆਂ ਦੀ ਰਾਤ ਠੋਈ ਹੈ ਜਿਹੜੇ ਪਹਿਲੇ ਤੈ ਸਮੇਂ ਦੌਰਾਨ ਅਪੀਲ ਦਾਇਰ ਨਹੀਂ ਕਰ ਸਕੇ ਹੈ ਪਰਿਸ਼ਦ ਨੇ ਆਪਣੀ ਬੈਠਕ ਚ ਜੀਐਸਟੀ ਪੰਜੀਕ੍ਰਿਤ ਵਪਾਰੀਆਂ ਦੀ ਟੈਕਸ ਮੰਗ ਦੇ 12.5% ਦੀ ਪਹਿਲਕੀ ਜਮਾ ਰਕਮ ਕਰਨੇ ਅਪੀਲ ਦਾਇਰ ਕਰਨ ਦਾ ਸਮਾਂ ਦਿੱਤਾ ਹੈ ਜਿਹੜੀ ਮੌਜੂਦਾ ਸਮੇਂ ਚ 10% ਹੈ ਜੀਐਸਟੀ ਪਰਿਸ਼ਦ ਨੇ ਵਪਾਰੀਆਂ ਦੀ ਸਹੂਲਤ ਪਜਾਣੇ ਦੇ ਮਕਸਦ ਕਰਨੇ ਜੀਐਸਟੀ ਨਿਯਮਾਂ ਚ ਕਿਸ਼ ਤਰਤੀਬ ਕੀਤੀ ਹੈ ਭਾਰਤੀ ਵਾਯੂ ਸੈਨਾ ਅੱਜ ਆਪਣੇ 91ਵੇਂ ਸਥਾਪਨਾ ਦਿਵਸ ਮੌਕੇ ਉੱਤਰ ਪ੍ਰਦੇਸ਼ ਦੇ ਪ੍ਰਿਆਰਗਾਗ ਚ ਆਪਣੇ ਨਵੇਂ ਪ੍ਰਤੀਕ ਚਿੰਨ੍ਹ ਗੀ ਲੋਕਾਂ ਦੇ ਨਮਿਤ ਕਰੋਗ ਹਵਾਈ ਸੈਨਾ ਪ੍ਰਮੁੱਖ 에ਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਪ੍ਰਿਆਗਰਾਜ ਦੇ ਬਾਮਰੋਲੀ ਚ ਹਵਾਈ ਸੈਨਾ ਦਿਵਸ ਪਰੇਡ ਦੌਰਾਨ ਇਸ ਨਵੇਂ ਪ੍ਰਤੀਕ ਚਿੰਨ੍ਹ ਦਾ ਅਨਾਵਰਣ ਕਰਨਗੇ ਇਸ ਮੌਕੇ ਭਾਰਤੀ ਵਾਯੂ ਸੈਨਾ ਸੰਗਮ ਇਲਾਕੇ ਚ 에ਅਰ ਸ਼ੋਅ ਦਾ ਵੀ ਸਰਿਸਤਾ ਕਰੋਗ ਅਕਾਸ਼ਵਾਨੀ ਸੰਵਾਦਦਾਤਾ ਨੇ ਖਬਰ ਦਿੱਤੀ ਹੈ ਜੇ ਹਵਾਈ ਸੈਨਾ ਦਾ ਨਵਾਂ ਪ੍ਰਤੀਕ ਚਿੰਨ੍ਹ ਭਾਰਤੀ ਵਾਯੂ ਸੈਨਾ ਦੇ ਮੁੱਲਾਂ ਦੀ ਬਿਹਤਰ ਤੌਰਾ ਪਰ ਦੱਸੋ ਈ ਆਵਾਇ ਸੈਨਾ ਦੇ ਛੰਡੇ ਚ ਉੱਪਰਲੀ ਬੱਕੀ ਖੱਬੇ ਪਾਸੇ ਲੱਭਗ ਇਹ ਦੇ ਕਨੇਗਾ ਪ੍ਰਾਣਾ ਛੰਡਾ ਤਵਾਰੀ ਲੈਤਾ ਜਾਗ ਤੇ ਇਸੀ ਆਵਾਇ ਸੈਨਾ ਦੇ ਮਿਊਜ਼ੀਅਮ ਚ ਪ੍ਰਦਰਸ਼ਨੀ ਦੇ ਤੌਰ 'ਤੇ ਸ਼ਾਮਲ ਕੀਤਾ ਜਾਗ ਇਸ ਮੌਕੇ ਉੱਤਰ ਪ੍ਰਦੇਸ਼ ਦੀਆਂ ਗਵਰਨਰ ਆਨੰਦੀ ਬੀਨ ਪਟੇਲ ਮੁੱਖ ਪ੍ਰੋਣੇ ਦੇ ਤੌਰ 'ਤੇ ਮੌਜੂਦ ਰੋਗਣ ਰਾਜ ਦੇ ਉਦਯੋਗਿਕ ਵਿਕਾਸ ਮੰਤਰੀ ਨੰਦ ਗੋਪਾਲ ਗੁਪਤਾ ਨੰਦੀ ਵਾਯੂ ਸੈਨਾ ਪ੍ਰਮੁੱਖ 에ਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਚੀਫ ਆਫ ਡਿਫੈਂਸ ਸਟਾਫ ਜਨਰਲ अनिल चौहान मध्य वायुसेना कमान जनरल अफिसर इन कमांड एयर मार्शल आर जी के कपूर होर दुए मन्मने मन्ने लोग कार्यक्रम की शोभा हवाई प्रदर्शन च दस एयरबेस राफेल फाइटर जेट से हेलीकाप्टर सने सौ शा बद् लड़ाकू तो दुए आम जहाज भारतीय वायुसेना की ताकत का प्रदर्शन करगन प्रदर्शन च मिग गी रस्मी विदाई दी जा संगम खेतर और दुआले इलाकें च नज़ारे गी 5 ਲੱਖਾਂ ਮਤੇ ਲੋਕਾਂ ਪਾਸੇ ਆ ਦਿਖਣੇ ਦੀ ਮਿਹਰ ਹੈ। ਤੰਜ਼ਾਨੀਆ ਦੇ ਰਾਸ਼ਟਰਪਤੀ ਸਾਮੀਆ ਸੋਲੁਆਸਨ ਅੱਜ ਥਾ ਮਹਾਰਤ ਤੇ ਦੌਰੇ ਪਰ ਆਵਾ ਕਰਦਿਅਨ। ਹੁੰਦਾ ਇਹ ਦੌਰਾ ਮੰਗਲਵਾਰ 10 ਅਕਤੂਬਰ ਤੱਕ ਜਾਰੀ ਰੋਗ। ਉਹ ਨਵੀਂ ਦਿੱਲੀ ਚ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਕਨੇ ਮਲਾਟੀ ਲਾਣੇ ਦੇ ਅਲਾਵਾ ਉਹ ਨੇ ਮੰਨੇ ਪਰਮੰਨੇ ਦੇ ਲੋਕਾਂ ਕਨੇ ਵੀ ਮਿਲਗਣ। ਸਾਮੀਆ ਹੁੰਦਾ ਰਾਸ਼ਟਰਪਤੀ ਭਵਨ ਚ ਰਸਮੀ ਤੌਰ ਪਰ ਸਵਾਗਤ ਕੀਤਾ ਜਾ। ਹੁੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਕਨੇ ਦਪੱਕੀ ਗੱਲਬਾਤ ਆ ਵੀ ਕਾਜਕਰਮ। ਉਹ ਮੰਗਲਵਾਰ 10 ਤਰੀਕੀ ਨਵੀਂ ਦਿੱਲੀ ਚ ਇੱਕ ਵਪਾਰ ਤੇ ਰਾਸਪੂੰਜੀ ਲਾਣੇ ਸਰਬੰਧੀ ਕਾਰਜਕ੍ਰਮ ਚ ਸ਼ਿਰਕਤ ਕਰਨ ਗਨ ਇਹ ਦੌਰਾ ਭਾਰਤ ਤੇ ਤੰਜ਼ਾਨੀਆ ਵਿਚਕਾਰ ਇਤਿਹਾਸਿਕ ਤੇ ਮਿੱਤਰ ਯਲੇ ਸਰਬੰਧੇਂਗੀ ਔਰ ਵੀ ਤਗੜਾ ਬੜਾਗ ਇਹ ਖਬਰਾਂ ਤੁਸ ਆਕਾਸ਼ਵਾਣੀ ਪਰਾ ਸੁਣਾ ਕਰ ਦਿਓ ਹਮਾਸ ਦੇ ਹਮਲੇ ਦੇ ਪਰਤੇ ਚ ਇਜ਼ਰਾਈਲੀ ਫੌਜ ਨੇ ਆਪਰੇਸ਼ਨ ਸਵੋਰਡ ਆਫ ਆਇਰਨ ਸ਼ੁਰੂ ਕੀਤਾ ਹੈ ਇਜ਼ਰਾਈਲ ਚ ਹਮਾਸ ਦੇ ਹਮਲੇ ਚ ਮਰਨ ਵਾਲਿਆਂ ਦੀ ਗਿਣਤੀ ਵੱਧੀ ਹੈ 300 ਦੇ ਪਾਰ ਪੁੱਜੀ ਗਈ ਹੈ ਤੇ 1.5000 ਲੋਕ ਜ਼ਖਮੀ ਹੋਏ ਦਿਨ ਇਜ਼ਰਾਈਲੀ ਫੌਜ ਗਾਜ਼ਾ ਪੱਟੀ ਚ ਹਮਾਸ ਲੜਾਕਿਆਂ ਦੇ 17 ਠਿਕਾਣੇ ਤੇ 4 ਆਪਰੇਸ਼ਨ ਕਮਾਂਡ ਕੇਂਦਰਾਂ ਦੀ ਨਿਸ਼ਾਨਾ ਬਣਾਇਆ ਹੈ ਜਿਹਦੇ ਚ 230 ਸ਼ਮਤੇ ਲੋਕ ਮਾਰੇ ਗਏ ਇਜ਼ਰਾਈਲ ਦੇ ਪ੍ਰਧਾਨ ਮੰਤਰੀ बिनामिन नेतन्याहू हमास की सख्त निंदा करते हुए जंग का ऐलान किया दुनिया भर के प्रमुख लीडरें हमास आतंकवादियों आसाया इज़राइल पर हमले की निंदा की प्रधानमंत्री नरेंद्र मोदी होजराइल के प्रति एकजुटता दर्शाते हुए आख्या है ज विपता की इस घड़ी से भारत की संवेदना इजरायल के बेदोस पीड़ितें उनके परिवारें है अमेरिका ਦੇ ਰਾਸ਼ਟਰਪਤੀ ਜੋ ਬਾਈਡਨ ਹੋਰੇ ਆਖਿਆ ਜੇ ਅਤੰਕਵਾਦੀ ਕੋਈ ਵੀ ਸੂਰਤ ਹੈ ਚ ਜਾਇਜ਼ਕਰਾਰ ਨਹੀਂ ਕੀਤਾ ਜਾ ਸਕਦਾ। ਉਹਨੇ ਵੀ ਆਖਿਆ ਜੇ ਅਮਰੀਕਾ ਇਜ਼ਰਾਈਲ ਦੀ ਸਰਕਾਰ ਤੇ ਜਨਤਾ ਦੇ ਕੰਨੇ ਹੈ। ਬਾਈਡਨ ਹੋਰੇ ਨੇਤਨਯਾਹੁਵਨ ਦੇ ਕੰਨੇ ਫੋਨ ਪਰ ਗੱਲ ਕਰੀਏ ਆਤਮਰક્ષા ਦੇ ਇਜ਼ਰਾਈਲ ਦੇ ਅਧਿਕਾਰ ਦੇ ਪ੍ਰਤੀ ਆਪਣਾ ਪੂਰਾ ਸਮਰਥਨ ਜਤਾਇਆ। ਤਵਾਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੋਨਕੋਰੇ ਹਮਾਸ ਦੇ ਅਮਲੇ ਪਰ ਅਰਾਂ ਗੀ ਜਟਾਈ ਹੈ। ਹਮਾਜ ਦੇ ਅਮਲੇ ਦੇ ਬਾਦ ਫਲਸਤੀਨ ਚ ਪਾਰ ਦੇ ਪ੍ਰਤੀਨਿਧੀ ਦਫਤਰ ਰਮਲ੍ਲਾ ਚ ਰਵਾ ਕਰਦੇ ਭਾਰਤੀ ਨਾਗਰਿਕਾਂ ਗੀ ਆਪਾਤ ਸਥਿਤੀ ਚ ਹੁੰਦੇ ਨੇ ਸੰਪਰਕ ਕਰਨੇ ਲਈ ਆਖਿਆ ਇਹਦੇ ਲਈ ਹੈਲਪਲਾਈਨ ਨੰਬਰ 0592916418 ਤੇ ਵਟਸਐਪ ਨੰਬਰ 97059291641 ਵੀ ਜਾਰੀ ਕੀਤਾ ਗਿਆ ਹੈ ਇਹ ਦੇਸ਼ਾਂ ਪਹਿਲੇ ਜੰਦੇ ਸ਼ਨੀਵਾਰ ਨੂੰ ਹਮਾਸ ਨੇ ਗਜ਼ਾਥਾਮਾ ਇਜ਼ਰਾਈਲ ਚ ਕਈ ਰਾਕਟ ਦਾਗੇ ਜਿਹੜੇ ਕਈ ਸ਼ਹਿਰਾਂ ਚ ਡਿੱਗੇ ਹਨ ਦਿੱਲੀਪੁਰ ਦਾ ਰਾਸ਼ਟਰੀ ਰਾਜਧਾਨੀ ਦੇ ਸਰਤਾ ਵਿਹਾਰ ਇਲਾਕੇ 'ਤਮਾ ਅਤੰਕੀ ਸਰਗਨਾ ਅਰਸ਼ ਡੱਲਾ ਸੁਖਾ ਦੁਨੀਕਾ ਗਿਰੋ ਦੇ ਇੱਕ ਮੈਂਬਰ ਹਰਜੀਤ ਸਿੰਘ ਉਰਫ ਹੈਰੀ ਮੌਨ ਨੂੰ ਗ੍ਰਿਫਤਾਰ ਕੀਤਾ ਹੈ ਅਰਜੀਤ ਸਿੰਘ ਦੀ ਅਤਿਆ ਦੇ ਚਾਰ ਮਾਮਲਿਆਂ ਚ ਤਬਾਸ਼ੀ ਪੁਲਸਾ ਦੇ ਇੱਕ ਆਲਾ ਅਫਸਰ ਮੁਜਬ ਅਰਜੀਤ ਸਿੰਘ ਇਸ ਗਰੋ ਦਾ ਇਲਾਕਾਈ ਸੰਚਾਲਕ ਹੈ ਉਹ ਪੰਜਾਬ ਦੇ ਪਟੈਂਡਾ ਜ਼ਿਲ੍ਹੇ ਦਾ ਬਸਨੀਕ ਹੈ ਤੇ ਬੜੇ ਦਿਨੇ ਥਮਾ ਗ੍ਰਿਫਤਾਰੀ ਸ਼ਾ ਬਜਾ ਕਰਦਾ ਹਾ ਇਸੇ ਗ੍ਰੋਹ ਦੇ ਇੱਕ ਹੋਰ ਸਦਸਿਓ ਹੈਰੀ ਰਾਜਪੂਰਾ ਕੀ ਇੱਕ ਮਹੀਨੇ ਪਹਿਲੇ ਗ੍ਰਿਫਤਾਰ ਕੀਤਾ ਗਿਆ ਹਾ ਅਫਗਾਨਿਸਤਾਨ ਸੇ ਆਏ ਦੇ 6.3 ਤੀਬਰਤਾ ਦੇ ਤਾਕਤਵਰ ਪੁਚਾਲ ਕਰਨੇ ਕਟੂਕਟ 120 ਲੋਕ ਮਾਰੇ ਗੇ ਤੇ 1000 ਸ਼ਾਮਤੇ ਜ਼ਖਮੀ ਹਨ ਪੁਚਾਲ ਦਾ ਕੇਂਦਰ ਹੈਰਾਤ ਸ਼ਹਿਰੇ ਥਮਾ 40 ਕਿਲੋਮੀਟਰ ਉੱਤਰ ਪੱਛਮ ਹਾ ਜਿੱਥੇ ਕਈ ਇਮਾਰਤਾਂ ਢਹਿ ਗਈਆਂ ਤੇ ਸੈਕੜੇ ਬੱਦੇ ਲੋਕ ਉਹਦੇ ਮਲਬੇ ਏਠ ਦਬੋਈ ਗਏ ਹਰਾਤ ਇਰਾਨ ਦੀ ਸਰਹੱਦ ਥਮਾ ਕੋਈ 120 ਕਿਲੋਮੀਟਰ ਪੂਰਬ ਚ ਹੈ ਤੇ ਇਸੇ ਅਫਗਾਨਿਸਤਾਨ ਦੀ ਸੰਸਕ੍ਰਿਤਿਕ ਰਾਜਧਾਨੀ ਮੰਨਿਆ ਜਾਂਦਾ ਹੈ ਕੇਂਦਰੀ ਆਯੂਸ਼ ਮੰਤਰੀ ਸਰਬਨੰਦ ਸੋਨਵਾਲ ਹੋਰੇ ਅਸਮ ਚ 6 ਨਵੇਂ ਆਯੂਸ਼ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ ਕਾਲਾ ਮਾਜੁਲੀਚ ਪੰਜਾਇਂ ਬਿਸਤਰਿਆਂ ਵਾਲੇ ਆਯੁਸ਼ ਹਸਪਤਾਲ ਦਾ ਉਦਘਾਟਨ ਕਰਦੇ ਹੋਈ ਸ਼੍ਰੀ ਜ਼ੋਨੋਵਾਲ ਹੋ ਰੇ ਆਖਿਆ ਜੇ ਅਸਮ ਚ 299 ਆਯੁਸ਼ ਸੇਤ ਤੇ ਆਰੋਗ્ય ਕੇਂਦਰੀ ਦਾ ਸੰਚਾਲਨ ਕੀਤਾ ਜਾ ਜਾ ਕਰਦਾ ਜਦ ਕੇ ਰਾਜਯ ਚ ਐਸੀ 200 ਕੇਂਦਰ ਤੋਲੇ ਗਏ ਸ਼ੁਰੂ ਕੀਤੇ ਜਾਣਗਨ ਹੁਣ ਐਲਾਨ ਕੀਤਾ ਜੇ ਅਸਮ ਦੇ ਸਭਨੇ ਜ਼ਿਲਹਚ ਕੁੱਲ 100 ਆਯੁਸ਼ ਓਸ਼ਧਾਲਯ ਸਥਾਪਿਤ ਕੀਤੇ ਜਾਣਗਨ ਖੇਡੇ ਜਾਕਰਦੇ 1 ਦਿਨਾਂ ਵਾਲੇ ক্রিকেট World Cup ਦੇ 5ਵੇਂ ਮੈਚ ਵਿੱਚ ਅੱਜ ਭਾਰਤੀ ਟੀਮ ਚੇਨਈ ਦੇ ਐਮ ਐ ਚਦੰਬਰਮ ਸਟੇਡੀਅਮ 'ਚ ਆਸਟ੍ਰੇਲੀਆ ਖਿਲਾਫ ਆਪਣੀ ਅਜਗਾਂਦੀ ਸ਼ੁਰੂਆਤ ਕਰੋਗ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 2 ਵਜੇ ਸ਼ੁਰੂ ਹੋਗਿਆ ਇਹ ਰੇਸ਼ਾ ਪਹਿਲੇ ਕੱਲ ਨਵੀਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਦੱਖਣ ਅਫਰੀਕਾ ਨੇ ਸ਼੍ਰੀਲੰਕਾ 'ਗੀ 102 ਰੰਝੇ ਕਨੈਰਾ ਦਿੱਤਾ ਪਹਿਲੇ ਬੱਲੇਬਾਜ਼ੀ ਕਰਦੀ ਹੋਈ ਅਫਰੀਕਾ ਨੇ ਤ ਪੰਜਾਂ ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਪਰ 428 ਰੰਜੇ ਦਾ ਵਿਸ਼ਾਲ ਸਕੋਰ ਬਣਾਇਆ ਦੱਖਣ ਅਫਰੀਕਾ ਦੀ 1 ਡੇਡ ਦੁਸੇਨ ਮਾਰਕਰਮ ਤੇ ਡੀਕੋਗ ਨੇ ਸ਼ਾਨਦਾਰ ਸ਼ਤਕ ਬਣਾਏ ਜਿਹੜੇ ਕਿ ਕ੍ਰਿਕਟ ਵਰਲਡ ਕੱਪ ਚ ਕੋਈ ਵੀ ਟੀਮ ਪਾਸਿਆ ਇੱਕੇ ਮੈਚ ਬਣਾਏ ਗਏ ਜੇ ਸਭਨੇ ਸ਼ਾ ਮਤੇ ਸ਼ਤਕਾਂ ਲਖਸਤਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੇ ਖਿਡਾਰੀ ਚਾਰਿਤ ਅਸਲੰਕਾ ਕੋਸਲ ਮੈਂਡਿਸ ਤੇ ਕਪਤਾਨ ਦਸਨ ਸ਼ਨਾਕਾ ਨੇ ਬਿਹਤਰ ਵਾਰੀਆਂ ਖੇਡੀਆਂ ਪਰ ਉਹ ਟੀਮਾਂ ਗੇ ਜਿੱਤ ਨਹੀਂ ਦਵਾਈ ਸਕੇ ਧਰਮਸ਼ਾਲਾ ਚ ਖੇਡੇ ਗਏ ਦੇ ਕੋਰ ਦੂਏ ਮੈਚ ਵਿੱਚ ਬੰਗਲਾਦੇਸ਼ ਨੇ ਅਫਗਾਨਿਸਤਾਨ ਦੀ 6 ਵਿਕਟਾਂ ਕਰਨੇ ਅਰਾਏ ਦਿੱਤਾ ਤੇ ਖੀਰੇ ਚ ਖਾਸ ਖਾਸ ਖਬਰਾਂ ਇੱਕ ਵਾਰੀ ਪਰਤੀਏ ਭਾਰਤ ਸਰਕਾਰ ਦੀ ਅੰਤਰ ਮੰਤਰਾਲਿਆ ਕਮੇਟੀ ਆੜੇ ਦੀ ਮਾਰੇ ਇਠ ਆਏ ਦੇ ਸਿੱਕਮ ਦਾ ਦੌਰਾ ਲਾਈਏ ਉੱਥੇ ਹੋਏ ਦੇ ਨੁਕਸਾਨ ਤੇ ਸਹਾਇਤਾ ਮਦਦ ਉਪਲਬਧ ਕਰਵਾਣੇ ਦੇ ਕੰਮੇ ਦਾ ਜਾਇਜ਼ਾ ਲੈ ਜੀਐਸਟੀ ਪਰਿਸ਼ਦ ਨੇ ਆਖਿਆ ਹੈ ਕਿ ਕਰਦਾਤਾ ਪਿਛਲੇ ਮਾਲੀ ਬਰੇ ਲਈ ਜਾਰੀ ਮੰਗ ਆਦੇਸ਼ਾਂ ਦੇ ਸਰਬੰਧਿਤ ਅਪੀਲ 31 ਜਨਵਰੀ 2024 ਤੱਕ ਦਾਖਲ ਕਰ ਸਕਦੇ ਹਨ ਭਾਰਤੀ ਵਾਯੂ ਸੈਨਾ ਆਪਣੀ 91ਵੀਂ ਬਰੇ ਗੰਡ ਪਰ ਅੱਜ ਆਪਣੇ ਨਵੇਂ ਝੰਡੇ ਦਾ ਅਨਾਵਰਣ ਕਰੋ ਇਜ਼ਰਾਈਲ ਨੇ ਹਮਾਸ ਦੇ ਹਮਲੇ ਦੇ ਪਰਤੇ ਚ ਆਪਰੇਸ਼ਨ ਸਵੋਰਡ ਆਫ ਆਇਰਨ ਸ਼ੁਰੂ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਆਖੇ ਅੱਜ ਭਾਰਤ ਵਿਪਤਾ ਦੀ ਇਸ ਘੜੀ ਚ ਇਜ਼ਰਾਈਲ ਕਰਨੇ ਪੂਰੀ ਇੱਕ ਜੁਟਤਾ ਕਰਨੇ ਖੜੋਤੇ ਦਾ ਹੈ ਤੇ ਆਈਸੀਸੀ ਵਿਸ਼ਵ ਕੱਪ 2023 ਚ ਅੱਜ ਭਾਰਤ ਆਪਣਾ ਪਹਿਲਾ ਮੁਕਾਬਲਾ ਆਸਟ੍ਰੇਲੀਆ ਖਿਲਾਫ ਖੇਡੋਗ ਖਬਰਾਂ ਦੇ ਇਸ ਬੁਲੇਟਿਨ ਚ ਇੰਨਾ ਗਏ